ਆਸਟ੍ਰੇਲੀਆ ਦੇ ਇੱਕ ਬੀਚ ਤੇ 24 ਸਾਲ ਦੀ ਗੋਰੀ ਇਕੱਲੀ ਨਾ ਰਹੀ ਸੀ। ਉਹਦੇ ਨਾਲ ਉਹਦਾ ਇੱਕ ਪਾਲਤੂ ਡੌਗ ਸੀ ਤੇ ਬੀਚ ਤੇ ਨਹਾਉਣ ਤੋਂ ਬਾਅਦ ਉਹ ਗੋਰੀ ਪਾਰਕਿੰਗ ਵੱਲ ਜਾਂਦੀ ਆ ਤੇ ਉੱਥੇ ਹੀ ਪੰਜਾਬੀ ਮੁੰਡਾ ਰਾਜਵਿੰਦਰ ਸਿੰਘ ਉਸ ਗੋਰੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੰਦਾ ਏ। ਤੇ ਇਸ ਗੋਰੀ ਨੂੰ ਮਾਰਨ ਤੋਂ ਬਾਅਦ ਪੰਜਾਬੀ ਮੁੰਡਾ ਹੋਰ ਕੀ ਕਰਦਾ ਉਹ ਤੁਸੀਂ ਅੱਗੇ ਇਸ ਵੀਡੀਓ ਵਿੱਚ ਧਿਆਨ ਨਾਲ ਜ਼ਰੂਰ ਵੇਖਿਓ। ਇਹ ਰਾਜਵਿੰਦਰ ਸਿੰਘ ਪਿੰਡ ਬੁੱਟਰ ਕਲਾਂ ਡਿਸਟ੍ਰਿਕਟ ਗੁਰਦਾਸਪੁਰ ਤਾਂ ਪਰ 2018 'ਚ ਇੱਕ ਗੋਰੀ ਦਾ ਕਤਲ ਹੋ ਗਿਆ ਇਹਦੇ ਹੱਥੋਂ ਤੇ ਇਹ ਭੱਜ ਗਿਆ ਹੈ। ਉਦੋਂ ਦੀ ਪੁਲਿਸ ਆਸਟ੍ਰੇਲੀਅਨ ਗੌਰਮੈਂਟ ਇਹਨੂੰ ਫੜਨ ਲਈ ਲੱਗੀ ਹੋਈ ਆ 2018 ਦੀ। ਇਹ ਉਦੋਂ ਕਲੀਨ ਸੇਵ ਹੁੰਦਾ ਸੀ, ਕਟਿੰਗ ਹੁੰਦੀ ਸੀ ਤੇ ਹੁਣ ਇਹ ਦਿੱਲੀ ਤੋਂ ਉੱਥੇ ਦਿੱਲੀ ਰਹਿ ਰਿਹਾ ਸੀ ਭੇਸ ਬਦਲ ਕੇ, ਦਾੜੀ ਰੱਖ ਕੇ ਤੇ ਪੱਗ ਬੰਨ ਕੇ, ਮਤਲਬ ਹੋਰ ਰੂਪ ਇਹਨੇ ਬਣਾ ਲਿਆ ਸੀ ਪੂਰਾ ਕਿ ਪਹਿਚਾਣਿਆ ਨਾ ਜਾਵਾਂ। ਪਰ ਗੌਰਮੈਂਟ ਆਸਟ੍ਰੇਲੀਅਨ ਗੌਰਮੈਂਟ ਨੇ ਥੋੜ੍ਹਾ ਚਿਰ ਪਹਿਲਾਂ ਨਾ $1 million ਇਨਾਮ ਰੱਖਤਾ ਇੱਥੇ, $1 million ਇਨਾਮ ਰੱਖਤਾ ਜਿਹੜਾ ਕਿ ਇੰਡੀਆ ਦਾ 5 crore ਬਣਦਾ। ਹੁਣ ਮੈਨੂੰ ਨਹੀਂ ਪਤਾ, ਚਲੋ ਪਤਾ ਲੱਗ ਜੂ ਥੋੜ੍ਹੇ ਟਾਈਮ 'ਚ ਕਿ ਉਹ ਕਿੰਨੇ ਫੜਾਇਆ ਵੈਸੇ ਦਿੱਲੀ ਪੁਲਿਸ ਦਾ ਹੱਥਾਂ ਫੜਾਉਣ 'ਚ ਕਿ ਜਾਂ ਲੋਕਲ ਕਿਸੇ ਬੰਦੇ ਨੇ ਇਹਦੀ ਆਪਣਾ ਖਬਰ ਦਿੱਤੀ ਵੀ ਇੱਥੇ ਰਹਿ ਰਿਹਾ, ਉਹਨੂੰ ਚਲੋ ਰਕਮ ਮਿਲੂਗੀ। ਪਰ ਵੇਖ ਲਓ ਐਂਡ 'ਤੇ ਬੁਰੇ ਕੰਮ ਕਾ ਬੁਰਾ ਨਤੀਜਾ, ਇੱਕ ਨਾ ਇੱਕ ਦਿਨ ਕਾਬੂ ਕਰ ਲਿਆ ਨਾ ਆਸਟ੍ਰੇਲੀਅਨ ਗਵਰਨਮੈਂਟ ਨੇ, ਫੜ ਲਿਆਂਦਾ। ਅਤੇ ਹੁਣ ਆਸਟ੍ਰੇਲੀਆ ਦੇ ਜਿਹੜੇ ਲੋਕਲ ਨਾਗਰਿਕ ਆ ਉਹਨਾਂ ਨੂੰ ਕਾਫੀ ਖੁਸ਼ੀ ਮਿਲੂਗੀ ਕਿਉਂਕਿ ਇਹ ਹਮੇਸ਼ਾ ਗੱਲ ਕਰਦੇ ਰਹਿੰਦੇ ਸੀ ਕਿ ਉਹ ਇੰਡੀਆ ਦਾ ਇੱਦਾਂ ਬੰਦਾ ਮਾਰ ਕੇ ਭੱਜ ਗਿਆ, ਉਹ ਤੁਹਾਡੇ ਇੱਦਾਂ ਦੇ। ਅਤੇ ਉਦੋਂ ਥੋੜ੍ਹਾ ਫੀਲ ਵੀ ਹੁੰਦਾ, ਸ਼ਰਮਿੰਦਗੀ ਵੀ ਆਉਂਦੀ ਸੀ ਯਾਰ ਕਿ ਵੇ ਸਾਡਾ ਇੰਡੀਅਨ ਦਾ ਨਾਮ ਆਉਂਦਾ ਵਾ। ਚਲੋ ਹੁਣ ਫੜਿਆ ਗਿਆ ਵਾ, ਉਹਨਾਂ ਨੂੰ ਕਾਫੀ ਖੁਸ਼ੀ ਮਿਲੂਗੀ ਅਤੇ ਚੰਗੀ ਚੀਜ਼ ਹੋਈ ਆ ਕਿ ਜਿਹਨੇ ਕਤਲ ਕੀਤਾ ਬਈ ਉਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਆ ਫਿਰ। ਅਤੇ ਨਾਲ ਇੱਕ ਗੱਲ ਸਾਹਮਣੇ ਆਊਗੀ ਕਿ ਕੀ ਹੋਇਆ ਸੀ ਅਤੇ ਕਿਉਂ ਕਤਲ ਹੋਇਆ ਸੀ, ਇਹ ਵੀ ਅਜੇ ਰਾਜ ਹੀ ਉਦੋਂ ਦਾ। ਕਹਿੰਦੇ ਹੁੰਦੇ ਨਾ ਸਿਆਣੇ ਕਿ ਯਾਰ ਮਾੜਾ ਕੰਮ ਕਰਨ ਲੱਗਿਆਂ 100 ਵਾਰੀ ਸੋਚੋ।